ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਬ੍ਰਹਮ ਗਿਆਨੀ ਸੰਤ ਮਹਾਂਪੁਰਖ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ ਵਾਲੇ ਅੱਜ ਦਾਸ ਉਹਨਾਂ ਦੇ ਜੀਵਨ ਦਰਸ਼ਨਾਂ ਦੇ ਵਿੱਚੋਂ ਕੁਝ-ਕੁਝ ਵਿਚਾਰਾਂ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਜਨਮ ਮਰਨ ਦੋਹੋਂ ਮੇ ਨਹੀਂ ਜਨ ਪਰਪਕਾਰਿ ਆਏ ਜੀ ਦਾਨ ਦੇ ਭਗਤੀ ਲੈਨ ਹਰਸੋ ਲੈਨ ਮਲਾਈ ਸੋ ਸੰਤਮਾਪੁਰਖ ਬਾਬਾ ਹਜਾਰਾ ਸਿੰਘ ਜੀ ਨਿੱਕੇ ਘੁੰਮਣ ਵਾਲੇ ਮਹਾਂਪੁਰਖਾਂ ਦਾ ਜਿਹੜਾ ਜੀਵਨ ਦੇ ਵਿੱਚ ਜਿਹੜੀ ਸਾਦਗੀ ਸੀ ਅਤੇ ਜਿਹੜੀ ਉਹਨਾਂ ਦੀ ਵਿਰਤੀ ਦੇ ਵਿੱਚ ਉਦਾਰਵਾਦੀ ਝਲਕ ਸਾਨੂੰ ਮਿਲਦੀ ਹੈਗੀ ਆ ਇਹੋ ਜੇ ਜਿਹੜੀ ਵਿਰਤੀ ਤੇ ਉਦਾਰਵਾਦੀ ਝਲਕ ਆ ਇਹ ਜਿਹੜੇ ਇਹ ਉਹਨਾਂ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਨਿਸ਼ਾਨੀ ਹੁੰਦੀ ਆ ਤੇ ਜਿਸ ਦੀ ਪਰ ਬਾਸ਼ਾ ਜਿਹੜੀ ਆ ਸਾਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹ ਸੁਖਣੀ ਸ਼ਬਦ ਦੀ ਬਾਣੀ ਵਿੱਚ ਫਰਮਾਉਂਦੇ ਆ ਸੋ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਹਜਾਰਾ ਸਿੰਘ ਜੀ ਦਾ ਜਿਹੜਾ ਜੀਵਨ ਸੀ ਇਹ ਅਤ ਉੱਚੇ ਦਰਗੇ ਦੀ ਸਾਧਕੇ ਦਾ ਸੀ ਦੇਖੋ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਆਪਣੇ ਜੀਵਨ ਦੇ ਵਿੱਚ ਕਦੀ ਵੀ ਸ਼ੀਸ਼ਾ ਨਹੀਂ ਸੀ ਦੇਖਿਆ ਕਦੀ ਸ਼ੀਸ਼ੇ 'ਚ ਮੂੰਹ ਨਹੀਂ ਸੀ ਧੱਕਿਆ ਕਿਉਂ ਕਿਉਂਕਿ ਉਹ ਸਰੀਰ ਤੋਂ ਇੰਨੇ ਦੂਰ ਹੋ ਚੁੱਕੇ ਸੀ ਬਚਪਨ ਦੇ ਵਿੱਚ ਔਰ ਖਾਸ ਕਰਕੇ ਸਰੀਰ ਨੂੰ ਖੱਲੜ ਆਖਦੇ ਹੁੰਦੇ ਸੀ ਕਹਿੰਦੇ ਇਸ ਖੱਲੜੀ ਦਾ ਕੀ ਦੇਖਣਾ ਹੈਗਾ ਤੇ ਦੂਸਰਾ ਜਿਹੜਾ ਉਹਨਾਂ ਦਾ ਪਹਿਰਾਵਾ ਹੁੰਦਾ ਸੀ ਹੈਨਾ ਬੜਾ ਸਾਦਾ ਹੁੰਦਾ ਸੀ ਉਹ ਖਾਸ ਕਰਕੇ ਖੱਦਰ ਦੇ ਪੜੇ ਜਿਹੜੇ ਸੀ ਉਹ ਅਕਸਰ ਉਹ ਉਹਨਾਂ ਦੇ ਵਿੱਚ ਹੀ ਪਹਿਨ ਕੇ ਬੜੇ ਖੁਸ਼ ਰਹਿੰਦੇ ਸੀ ਔਰ ਜਿਹੜਾ ਕਮੀਜ਼ ਕੁੜਤੀ ਦੀ ਉਹ ਆਪਣੇ ਜੀਵਨ ਦੇ ਵਿੱਚ ਵਰਤਦੇ ਹੁੰਦੇ ਸੀ ਉਹਦੇ ਕਦੀ ਬਟਨ ਨਹੀਂ ਸਿਲਾਉਂਦੇ ਹੁੰਦੇ ਐਸੀ ਸਾਦਗੀ ਮਾਪੁਰਖਾਂ ਦੇ ਜੀਵਨ ਦੇ ਵਿੱਚ ਝਲਕਦੀ ਔਰ ਮਾਪੁਰਖਾਂ ਦੇ ਜੀਵਨ ਦਰਸ਼ਨਾਂ ਦੇ ਵਿੱਚੋਂ ਸਾਨੂੰ ਮਿਲਦਾ ਹੈਗਾ ਕਿ ਸਰੀਰ ਨੂੰ ਖੱਲੜ ਸਮਝਣ ਕਰਕੇ ਉਹ ਸਰੀਰ ਦੀ ਕਦੀ ਪਰਵਾਹ ਨਹੀਂ ਸੀ ਕਰਦੇ ਇੱਕ ਵਾਰ ਕੀ ਹੋਇਆ ਸੀ ਕਿ ਮਹਾਪੁਰਖਾਂ ਦੀ ਜਿਹੜੀ ਲੱਤ ਵਾਲੀ ਪਿੰਨੀ ਸੀ ਉੱਥੇ ਇੱਕ ਗੁੰਮੀ ਨਿਕਲੇ ਪਰ ਬਾਬਾ ਜੀ ਨੇ ਕਦੀ ਉਸ ਗੁੰਮੀ ਵੱਲ ਧਿਆਨ ਨਹੀਂ ਦਿੱਤਾ ਕਦੀ ਜ਼ਿੰਦਗੀ 'ਚ ਦਵਾਈ ਨਹੀਂ ਲਈ ਨਾ ਡਾਕਟਰਾਂ ਨੂੰ ਦਿਖਾਇਆ ਹਾਂ ਕਿਤੇ ਕਿਤੇ ਅਗਰ ਉਹ ਗੁੰਮੀ ਹੋਣੀ ਤਾਂ ਕਿਤੇ ਕਿਤੇ ਉਹਦਾ ਸ਼ੇਕ ਦੇ ਦੇਣਾ ਅਕਦਾ ਬਸ ਇੰਨਾ ਹੀ ਕਰਦੇ ਸੀ ਇਹ ਗੁੰਮੀ ਜਿਹੜੀ ਸੀ ਉਹ ਆਖਰੀ ਸਰੀਰ ਤੱਕ ਉਹਨਾਂ ਦੇ ਨਾਲ ਹੀ ਜਿਹੜੀ ਸੀ ਇਸ ਤਰ੍ਹਾਂ ਰਹੀ ਮਹਾਪੁਰਖਾਂ ਦੇ ਜੀਵਨ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇੰਨੀ ਦਇਆ ਸੀ ਕਿ ਹਨਾ ਉਹਨਾਂ ਨੇ ਦੇਖੋ ਜ਼ਿਮੀਂਦਾਰਾ ਕਰਦੇ ਹੋਏ ਵੀ ਖੇਤੀ ਕਰਦੇ ਹੋਏ ਵੀ ਕਿਸੇ ਵੀ ਜਾਨਵਰ ਦੀ ਕਦੀ ਸੋਟਾ ਨਹੀਂ ਸੀ ਮਾਰਿਆ ਔਰ ਇਥੋਂ ਤੱਕ ਉਹ ਜਾਨਵਰਾਂ ਦੇ ਵਿੱਚ ਪਰਮੇਸ਼ਰ ਦਾ ਰੂਪ ਦੀ ਚਲਕੇ ਨਹੀਂ ਦੇਖਦੇ ਹੁੰਦੇ ਸੀ ਕਿ ਇੱਕ ਵਾਰ ਉਹਨਾਂ ਦੇ ਖੇਤਾਂ ਦੇ ਵਿੱਚ ਕਿਸੇ ਦੀ ਜਿਹੜੀ ਸੀ ਮੱਝ ਖੜੀ ਫਸਲ ਦੇ ਵਿੱਚ ਜਾਵੜੀ ਜਦ ਖੜੀ ਫਸਲ ਜਾਵੜੀ ਕਿਸੇ ਨੇ ਆ ਕੇ ਜਿਹੜੇ ਨੇ ਮਹਾਪੁਰਖਾਂ ਨੂੰ ਕਹਿਤਾ ਕਿ ਟੱਡ ਆ ਜਿਹੜੀ ਮੱਝ ਤੁਹਾਡੇ ਖੇਤ ਨੂੰ ਖਾਈ ਜਾਂਦੀ ਖੜੀ ਫਸਲ ਨੂੰ ਇਸ ਕਰਕੇ ਤੁਸੀਂ ਬਾਹਰ ਕੱਢ ਦਿਓ ਪਰ ਦੇਖੋ ਬਾਬਾ ਹਜਾਰਾ ਸੂਹਣਾ ਦੀ ਬਿਰਤੀ ਇਹ ਉਸਥੇ ਖੇਤ ਤੇ ਗਏ ਉਸ ਮੱਝ ਨੂੰ ਖੇਚੋ ਕੱਢਣ ਦੀ ਬਜਾਏ ਉਹ ਨੂੰ ਥੋੜਾ ਅੱਗੇ ਤੋਰ ਦਿੱਤਾ ਜਦ ਅੱਗੇ ਤੋਰ ਦਿੱਤਾ ਤੇ ਉਹ ਜਿਹੜਾ ਕਹਿਣ ਵਾਲਾ ਆਦਮੀ ਸੀਗਾ ਉਹ ਬਾਬਾ ਜੀ ਨੂੰ ਕਹਿਣ ਲੱਗਾ ਕਿ ਤੁਸੀਂ ਮੱਝ ਕੱਢਣ ਦੀ ਬਜਾਏ ਇਹ ਨੂੰ ਅੱਗੇ ਤੋਰ ਦਿੱਤਾ ਹੈਗਾ ਇਹ ਕਿਉਂ ਕੀਤਾ ਬਾਬਾ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਅਗਰ ਇਹ ਥੋੜੀ ਅੱਗੇ ਖੋਸ਼ ਹੋਰ ਫਸਲ ਖਾਜੂਗੀ ਤੇ ਕਮ ਸੇ ਕਮ ਆਪਣਾ ਨਰਵਾ ਤਾਂ ਕਰ ਲੂਗੀ ਸਰੀਰ ਦਾ ਐਸੀ ਵਰਤੀ ਸੀ ਮਾਹਪੁਰਖਾਂ ਦੇ ਔਰ ਬਾਬਾ ਜੀ ਉਹਨਾਂ ਹੱਸਦੇ ਸੀ ਕਹਿੰਦੇ ਸੀਗੇ ਅਗਰ ਮੇਰੇ ਕਿਸੇ ਭਰਾ ਨੂੰ ਪਤਾ ਲੱਗ ਜयो ਹੈ ਤੇ ਉਹਨਾਂ ਨੇ ਉਸੇ ਟਾਈਮ ਇਹ ਜਿਹੜੀ ਮੱਝ ਹੈ ਨਾ ਕੁੱਟ ਕੇ ਖੇਤੋਂ ਬਾਹਰ ਕੱਢ ਦੇਣੀ ਆ ਅਗਰ ਉਹ ਕੱਢਣਗੇ ਤੇ ਜਾਂਦੀ ਜਾਂਦੀ ਦੋ ਚਾਰ ਰੁਗ ਫਸਲ ਦੇ ਮੂੰਹ ਦੇ ਵਿੱਚ ਪਾ ਹੀ ਲਊਗੇ ਐਸੀ ਬੱਤੀ ਸੀ ਮਾਹਪੁਰਖ ਇੱਕ ਵਾਰ ਦੱਸਦੇ ਆ ਕਿ ਇੱਕ ਸੱਜਣ ਜਿਹੜੇ ਸੀ ਉਹਨਾਂ ਮਾਹਪੁਰਖਾਂ ਦੇ ਦਰਸ਼ਨ ਕਰਨ ਆਏ ਜਦੋਂ ਬਾਬਾ ਜੀ ਦੇ ਦਰਸ਼ਨ ਕਰਨੇ ਬਾਬਾ ਜੀ ਜਿਹੜੇ ਸੀ ਆਪਣੇ ਭਰਾਵਾਂ ਸਮੇਤ ਆਪਣੇ ਖੂਹ ਤੇ ਉੱਤੇ ਬੈਠੇ ਸੀਗੇ ਉਹ ਸੱਜਣ ਨੇ ਦੇਖਿਆ ਕਿ ਸਾਰੇ ਭਰਾਵਾਂ ਦਾ ਚਿਹਰਾ ਇੱਕੋ ਜਿਹਾ ਹੈਗਾ ਤੁਪਾਰ ਦੇਖੋ ਇੱਕ ਯੁਕਤੀ ਵਰਤੀ ਉਹਨੇ ਕੀ ਕੀਤਾ 1 ਰੁਪਿਆ ਰੱਖ ਕੇ ਹਨ ਮੱਥਾ ਟੇਕ ਦਿੱਤਾ ਜਦ ਮੱਥਾ ਟੇਕ ਦਿੱਤਾ ਤੇ ਕਿਸੇ ਨੇ ਨਹੀਂ ਬੋਲਿਆ ਪਰ ਬਾਬਾ ਜਾਰਾ ਸਿੰਘ ਬੋਲ ਗਏ ਕਹਿੰਦੇ ਕਿਉਂ ਭਾਈ ਇਹ ਛੇਲੜ ਰੱਖ ਕੇ ਤੈਨੂੰ ਮੱਥਾ ਟੇਕਣ ਦੀ ਕੀ ਲੋੜ ਆ ਦੇਖ ਇਸ ਬੋਲੀ ਤੋਂ ਉਹ ਸੱਜਣ ਸਮਝੇਗੇ ਕਿ ਅਸਲ ਦੇ ਵਿੱਚ ਇਹੋ ਹੀ ਮਹਾਂਪੁਰਖ ਹੈਗੇ ਸੋ ਮਹਾਂਪੁਰਖਾਂ ਦੀ ਕਿਸੇ ਗਰੀਬ ਨੂੰ ਵੰਡਣ ਦੀ ਬਿਰਤੀ ਵੀ ਇੰਨੀ ਮਹਾਨ ਸੀਗੀ ਕਿ ਇੱਕ ਵਾਰ ਸਾਰੇ ਭਰਾਵਾਂ ਨਾਲ ਰਲ ਕੇ ਗੋੜ ਕੱਢਿਆ ਜਦ ਗੁੜ ਕੱਟਿਆ ਤੇ ਗੁੜ ਦਾ ਭਰਿਆ ਹੋ ਟੋਕਰਾ ਬਾਬਾ ਜੀ ਦੇ ਸਿਰ ਤੇ ਰੱਖ ਦਿੱਤਾ ਤੇ ਕਹਤਾ ਕਿਸ ਤਰ੍ਹਾਂ ਕਰ ਇਸ ਨੂੰ ਕਰ ਲੈ ਜਾ। ਹੁਣ ਮਹਾਪੁਰਖ ਜਿਹੜੇ ਸੀਗੇ ਇਹਨਾਂ ਨੇ ਕੀ ਕੀਤਾ ਉਹ ਗੁੜ ਦਾ ਟੋਕਰਾ ਸਿਰ ਤੇ ਰੱਖ ਲਿਆ ਤੇ ਘਰ ਨੂੰ ਤੁਰ ਪਏ। ਪਰ ਰਸਤੇ ਦੇ ਵਿੱਚ ਕੋਈ ਵੀ ਜਿਹੜਾ ਮਿਲਦਾ ਸਗਾ ਜੇ ਦੂਰ ਕੋਈ ਬਿਠਾ ਹੁੰਦਾ ਸੀ ਉਹਨੂੰ ਇਸ਼ਾਰਾ ਜਾਂ ਆਵਾਜ਼ ਮਾਰ ਕੇ ਕਹਿੰਦੇ ਇਹ ਕਹਿੰਦੇ ਅੱਜ ਆ ਪਾਈ ਗੁੜ ਖਾਲਾ। ਇਸ ਤਰ੍ਹਾਂ ਗੁੜ ਬੰਡ ਦੇ ਬੰਡ ਦੇ ਘਰ ਚਲੇ ਗਏ ਜਦ ਘਰੋਂ ਪਹੁੰਚੇ ਤੇ ਅੱਧੇ ਨਾਲੋਂ ਜ਼ਿਆਦਾ ਟੋਕਰਾ ਜਿਹੜਾ ਸਗਾ ਉਹ ਏਸੇ ਹੀ ਬੰਡ ਬਡਾਈ ਦੇ ਵਿੱਚ ਉਹ ਖਤਮ ਹੋ ਚੁੱਕਾ ਸੀ। ਜਦ ਉਹ ਸਾਰਾ ਵੰਡਿਆ ਗਿਆ ਦੇ ਨਾਲੋਂ ਜ਼ਿਆਦਾ ਟੋਕਰ ਤੇ ਬਾਕੀ ਜਿਹੜਾ ਗੋੜ ਬਚਿਆ ਸੀ ਉਹਨੇ ਘਰ ਰੱਖ ਦਿੱਤਾ ਪਰ ਸ਼ਾਮ ਨੂੰ ਜਦ ਮਹਾਪੁਰਖਾਂ ਦੇ ਪਰਾਤਾ ਜੀ ਘਰ ਆਏ ਤੇ ਉਹਨਾਂ ਜਿਹੜਾ ਟੋਕਰ ਆ ਦੇਖਿਆ ਮਨ ਚ ਬੜੇ ਹੈਰਾਨ ਹੋਏ ਕਿ ਟੋਕਰ ਤਾਂ ਪੂਰਾ ਗੋੜ ਦੇ ਨਾਲ ਭਰਿਆ ਪਿਆ ਸੀਗਾ ਪਰ ਬਾਕੀ ਗੋੜ ਕਿੱਥੇ ਆ ਜਦ ਉਸ ਟੋਕਰ ਦੇ ਉੱਤੇ ਕਪੜਾ ਚਾਕੇ ਦੇਖਿਆ ਤਾਂ ਕੀ ਦੇਖਿਆ ਉਹ ਟੋਕਰ ਜਿਹੜਾ ਸੀਗਾ ਉਹ ਅੱਧੇ ਨਾਲੋਂ ਵੀ ਜ਼ਿਆਦਾ ਜਿਹੜਾ ਸੀ ਉਹ ਖਾਲੀ ਸੀਗਾ ਇਹ ਸੀ ਮਹਾਪੁਰਖਾਂ ਦੀ ਬਿਰਤੀ ਔਰ ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਜਦੋਂ ਮਹਾਂਪੁਰਖ ਜਿਹੜੇ ਸੀ ਨਾ ਥੋੜੇ ਜਿਹਾ ਜਵਾਨ ਹੋਏ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਇੱਕ ਨਾ ਸੋਨੇ ਦਾ ਕੜਾ ਬਣਾ ਕੇ ਦਿੱਤਾ ਜਦ ਸੋਨੇ ਦਾ ਕੜਾ ਬਣਾਇਆ ਤੇ ਇਹਨਾਂ ਨੇ ਕੀ ਕੀਤਾ ਮਨ ਚ ਸੋਚਿਆ ਵੀ ਇਹ ਸੋਨੇ ਦਾ ਕੜਾ ਮੈਂ ਕੀ ਕਰਨਾ ਹੈ ਚੰਗਾ ਨਾ ਹੋਵੇ ਵੀ ਇਹਦੇ ਨਾਲੋਂ ਇੱਕ ਮੱਝ ਲੈ ਲਈ ਇਸ ਕਰਕੇ ਮਹਾਂਪੁਰਖਾਂ ਨੇ ਉਹ ਸੋਨੇ ਦਾ ਕੜਾ ਹੱਥ 'ਚੋਂ ਲਾ ਕੇ 36 ਰੁਪਏ 'ਚ ਵੇਚ ਦਿੱਤਾ ਜੇ 36 ਰੁਪਏ 'ਚ ਵੇਚ ਦਿੱਤਾ ਤਾਂ ਮੱਝ ਲੈਣ ਚਲੇਗਾ ਜਿਸ ਆਦਮੀ ਦੇ ਪਾਸ ਸੀਗੇ ਉਹਦੇ ਪਾਸ ਇੱਕ ਬੜੀ ਭਾਰੀ ਸੁੰਦਰ ਮੱਝ ਸੀ ਉਨੇ ਕਿ ਕੀਤਾ ਨਾ ਮੱਝ ਦਾ ਮੁੱਲ 40 ਰੁਪਏ ਮਾਹਪੁਰਖਾਂ ਨੂੰ ਦੱਸਿਆ। ਬਾਬਾ ਜੀ ਕਹਿਣ ਲੱਗੇ ਚੱਲ ਕੋਈ ਗੱਲ ਨਹੀਂ। 36 ਰੁਪਏ ਜਿਹੜੇ ਸੋਨੇ ਦਾ ਕੜਾ ਵੇਚ ਕੇ ਮਾਹਪੁਰਖਾਂ ਦੇ ਪਾਸ ਸੀ 4 ਰੁਪਏ ਹੋਰ ਪਾ ਕੇ ਮਾਹਪੁਰਖਾਂ ਨੇ ਉਹ 40 ਰੁਪਏ ਦੀ ਘਰ ਮੱਝ ਲੈ ਆਂਦੀ। ਜਦ ਮੱਝ ਲੈ ਆਂਦੀ ਤਾਂ ਘਰ ਦੇ ਬੜੇ ਹੈਰਾਨ ਹੋ ਕੇ ਕਹਿਣ ਲੱਗੇ ਕਿ ਮੱਝ ਕਿਵੇਂ ਲੈ ਆਇਆ? ਕਹਿਣ ਲੱਗੇ ਜੀ ਉਹ ਸੋਨੇ ਦਾ ਕੜਾ ਵੇਚ ਕੇ। ਉਹ ਕਹਿੰਨੇ ਉਹ ਤਾਂ ਅਸੀਂ ਤੈਨੂੰ ਵੈਸੇ ਦਿੱਤਾ ਸੀਗਾ। ਤੇ ਤੂੰ ਸ਼ੌਂਕ ਨਾਲ ਪਾਲ ਲਈ ਮਾਹਪੁਰਖਾਂ ਦੇ ਸੋਨੇ ਦੇ ਕੜੇ ਨੇ ਕੀ ਕਰਨਾ ਸੀਗਾ? ਚਲੋ ਮੱਝ ਲੈਣ ਦੀ ਕੰਮ ਸੇ ਕੰਮ ਘ ਜਦ ਇੰਨੀ ਗੱਲ ਹੋਈ ਤਾਂ ਘਰ ਦੇ ਚੁੱਪ ਕਰ ਗਿਆ ਪਰ ਥੋੜੇ ਦਿਨਾਂ ਦੇ ਵਿੱਚ ਇੱਕ ਪ੍ਰੇਮੀ ਮਾਪੁਰਖਾਂ ਦੇ ਪਾਸ ਆ ਗਿਆ ਜਦ ਆਹ ਤੇ ਬਾਬਾ ਜੀ ਦੇ ਪਾਸ ਰੋਣ ਲੱਗਾ ਬਾਬਾ ਜੀ ਕਹਿਣ ਲੱਗੇ ਕੀ ਗੱਲ ਹੋਈ ਉਹ ਕਹਿਣ ਲੱਗਾ ਜੀ ਮੇਰੀ ਘਰ ਵਾਲੀ ਤੇ ਮੇਰੇ ਬੱਚੇ ਜਿਹੜੇ ਹਨ ਉਹ ਪੇਕੇ ਚਲੇ ਗਏ ਬਾਬਾ ਜੀ ਕਹਿਣ ਲੱਗੇ ਗੱਲ ਕੀ ਹੋਈ ਉਹ ਕਹਿਣ ਲੱਗਾ ਜੀ ਘਰ ਦੇ ਵਿੱਚ ਕੁਝ ਖਾਣ ਲਈ ਨਹੀਂ ਆ ਮੈਨੂੰ ਕੋਈ ਕੰਮ ਕਰ ਨਹੀਂ ਮਿਲਦਾ ਇਸ ਕਰਕੇ ਘਰ ਵਾਲੀ ਤੇ ਘਰ ਦੇ ਜਿਹੜੇ ਬੱਚੇ ਆ ਉਹ ਮੈਂ ਪੇਕੇ ਛੱਡ ਦਿੱਤੇ ਆਪਣੇ ਸਹੁਰੇ ਜਦ ਇਹਨੇ ਗੱਲ ਹੋਈ ਬਾਬਾ ਜੀ ਕਹਿਣ ਲੱਗੇ ਕਹਿੰਦੇ ਭਾਈ ਇਸ ਤਰ੍ਹਾਂ ਤੂੰ ਮਾੜਾ ਕੰਮ ਕੀਤਾ ਚਲ ਇਦਾਂ ਕਰ ਜੇ ਤੇਰੇ ਪਾਸ ਕੋਈ ਕੰਮ ਕਰਨੀ ਮੇਰੇ ਪਾਸੇ ਕੋ ਮੱਝ ਵਾ ਇਹ ਮੱਝ ਘਰ ਲੈ ਲੈ ਤੇ ਇਹਦਾ ਜਿਹੜਾ ਦੁੱਧ ਵਾ ਉਹਨੂੰ ਵੇਚ ਕੇ ਤੂੰ ਆਪਣੇ ਘਰ ਦਾ ਗੁਜ਼ਾਰਾ ਕਰ ਲੈ ਤੇ ਆਪਣੀ ਘਰਵਾਲੀ ਤੇ ਆਪਣੀ ਪਤਨੀ ਨੂੰ ਲੈ ਆ ਇਹ ਕਹਿ ਕੇ ਨਾ ਬਾਬਾ ਜੀ ਨੂੰ 40 ਰੁਪਏ ਦੀ ਭਾਰੀ ਸੁੰਦਰ ਮੱਝ ਸੀ ਉਹ ਉਸ ਪਰ ਮੈਨੂੰ ਦੇ ਦਿੱਤੀ ਤਾਂ ਉਹ ਪਰਮ ਜਿਹੜਾ ਉਹ ਘਰ ਮੱਝ ਲੈ ਗਿਆ ਐਸੀ ਵਿਰਤੀ ਸੀ ਮਹਾਪੁਰਖਾਂ ਦੀ ਇਸੇ ਤਰ੍ਹਾਂ ਮਹਾਪੁਰਖਾਂ ਦੀ ਜਦ شادی ਹੋਈ ਉਸ ਟਾਈਮ ਮਹੂਰਤ ਜਦ ਮਕਲਾਵਾ ਲੈਣਗੇ ਸੀ ਉਹਨਾਂ ਟਾਈਮਾਂ ਦੇ ਵਿੱਚ ਇੱਕ ਸੁੰਦਰ ਜਿਹੜੀ ਘੋੜੀ ਸੀਗੀ ਉਹ ਕਰਦਿਆ ਨੇ ਬਾਬਾ ਜੀ ਨੇ ਦਿੱਤੀ ਕਹਿਣ ਲੱਗੇ ਲੈ ਬਈਆ ਘੋੜੀ ਲੈ ਜਾ ਤੇ ਜਾ ਕੇ ਉਹ ਸਹੁਰੇ ਜਾ ਕੇ ਮਕਲਾਵਾ ਲੈ ਹੁਣ ਉਹ ਸਮੇਂ ਇਦਾਂ ਦੇ ਸੀ ਕਿ ਜਦੋਂ ਬੱਚਪੱਚੇ ਵਿਆਹ ਹੋ ਜਾਂਦੇ ਸੀ ਜਦੋਂ ਬੱਚੀਆਂ ਜਵਾਨ ਹੁੰਦੀਆਂ ਸੀ ਫਿਰ ਮਕਲਾਵਾ ਕਰਦੇ ਤੋਰਦੇ ਹੁੰਦੇ ਸੀ ਹੁਣ ਬਾਬਾ ਜੀ ਨੇ ਕਹਿ ਕੀਤਾ ਕਿ ਸੋਹਣੇ ਕੱਪੜੇ ਪਾ ਲੈ ਤੇ ਉੱਪਰ ਜਿਹੜੀ ਹੈ ਨਾ ਬੁੱਕਲ ਮਾਰੀ ਸੀ ਉਹ ਦਰੀ ਦੀ ਬੁੱਕਲ ਮਾਰੀ ਖੇਸੀ ਦੀ ਜਗਾ ਤੇ ਸਹੁਰੇ ਘਰ ਪਿੰਡ ਜਿਹੜਾ ਸੀਗਾ ਉਧਰ ਨੂੰ ਤੁਰ ਪਏ ਜਦ ਤੁਰ ਪਏ ਤੇ ਜਦ ਉੱਥੇ ਪਹੁੰਚੇ ਤੇ ਰਸਤੇ ਦੇ ਵਿੱਚ ਮਹਾਪੁਰਖਾਂ ਦਾ ਘਰ ਵਾਲੀ ਦਾ ਭਰਾ ਜਿਹੜਾ ਸੀ ਇਹਨਾਂ ਨੂੰ ਮਿਲ ਗਿਆ ਜਦ ਮਿਲ ਗਿਆ ਤੇ ਉਹ ਬਾਬਾ ਜੀ ਦਾ ਜਿਹੜਾ ਰਿਸ਼ਤੇ ਚ ਸਾਲਾ ਜੀ ਲੱਗਦੇ ਸੀਗੇ ਉਹਨਾਂ ਨੇ ਮਹਾਪੁਰਖਾਂ ਨੂੰ ਪੁੱਛਾਣਿਆ ਨਹੀਂ ਤੇ ਬਾਬਾ ਜੀ ਨੇ ਉਸ ਨੂੰ ਰਸਤਾ ਪੁੱਛ ਲਿਆ ਉਹ ਕਹਿਣ ਲੱਗਾ ਜੀ ਵੀ ਉਹ ਤਾਂ ਘਰ ਜਿਹੜਾ ਸਾਡਾ ਹੀ ਆ ਜਦ ਇੰਨੀ ਗੱਲ ਹੋਈ ਤੇ ਫਿਰ ਜਦ ਬਾਬਾ ਜੀ ਨੇ ਦੱਸਿਆ ਕਿ ਮੈਂ ਹਨਾ ਇਸ ਪਿੰਡੋਂ ਆ ਕੇ ਸੀ ਮਕਲਾਵਾ ਲੈਣਾ ਆ ਤਾਂ ਫਿਰ ਉਹ ਜਿਹੜੇ ਸੱਜਣ ਸੀਗੇ ਉਹ ਬਾਬਾ ਜੀ ਨੂੰ ਆਪਣੇ ਘਰ ਲੈ ਕੇ ਗਏ ਉਸ ਤੋਂ ਬਾਅਦ ਚਲੋ ਸਾਰੇ ਪਰਿਵਾਰ ਨੇ ਸਾਰੀ ਸੇਵਾ ਕੀਤੀ ਜਦ ਮਕਲਾਵਾ ਤੋਰਿਆ ਤੇ ਬਾਬਾ ਜੀ ਘੋੜੀ ਲੈ ਕੇ ਜਿਹੜੇ ਆ ਉਹ ਅੱਗੇ ਤੁਰ ਪਏ ਘੋੜੀ ਦੀ ਲਗਾਮ ਹੱਥ 'ਚ ਫੜੀ ਪੈਦਲ ਤੁਰ ਪਏ ਤੇ ਬਾਬਾ ਜੀ ਦੇ ਜਿਹੜੇ ਕਰੋਸ ਪਤਨੀ ਸੀਗੇ ਉਹ ਵੀ ਘੋੜੀ ਦੇ ਪਿੱਛੇ ਪਿੱਛੇ ਤੁਰ ਪਏ ਔਰ ਬਾਬਾ ਜੀ ਦੇ ਬੀਬੀ ਜੀ ਕਹਿਣ ਲੱਗੇ ਕਹਿੰਦੇ ਕਿ ਉਹਨਾਂ ਟਾਈਮਾਂ ਦੇ ਵਿੱਚ ਮੈਂ ਬੜੀ ਖੁਸ਼ ਸੀ ਕਿ ਜਦੋਂ ਮੇਰਾ ਮਕਲਾਵਾ ਜਿਹੜਾ ਸੀਗਾ ਉਹ ਚੱਲਿਆ ਸੀਗਾ ਮੈਂ ਸੋਚਿਆ ਵੀ ਚਲੋ ਹੋਰ ਨਹੀਂ ਤੇ ਕਮ ਸੇ ਕਮ ਮੈਨੂੰ ਘੋੜੀ ਜੇ ਤਾਂ ਲੈਣ ਆਇਆ ਪਰ ਕਹਿੰਦੀ ਹੈਰਾਨੀ ਦੀ ਗੱਲ ਇਹ ਹੋਈ ਕਿ ਇਹਨਾਂ ਨੇ ਮੈਨੂੰ ਘੋੜੀ ਤੇ ਬਿਠਾਇਆ ਹੀ ਨਹੀਂ ਮੋਰੇ ਘੋੜੀ ਦੀ ਲਗਾਮ ਫੜ ਕੇ ਤੁਰੇਗੇ ਤੇ ਮੈਂ ਪਿੱਛੇ ਪੈਦਲ ਤੁਰੇਗੇ ਤੇ ਬਾਬਾ ਜੀ ਦੇ ਘਰੋਂ ਕਹਿਣ ਲੱਗੇ ਕਹਿਣ ਲੱਗੇ ਕਿ ਮੈਂ ਮਨ 'ਚ ਸੋਚਾਂ ਇਹ ਕਿਹੋ ਜਿਹਾ ਬੰਦਾ ਹੈਗਾ ਘੋੜੀ ਲਿਆਂਦੀ ਘੋੜੀ ਕਾਦੇ ਵਾਸਤੇ ਲਿਆਂਦੀ ਹੈਗੀ ਆ ਇਹ ਮੋਰੇ ਮੋਰੇ ਕੋੜੀ ਫੜ ਕੇ ਤੁਰੀ ਜਾਂਦੇ ਆ ਤੇ ਮੈਂ ਪਿੱਛੇ ਪੈਦਲ ਪੈਦਲ ਤੁਰੀ ਜਾਂਦੀ ਆ ਤੇ ਕੀ ਫਾਇਦਾ ਹੋਇਆ ਕਹਿੰਦੇ ਜਿਹਾ ਮੈਂ ਚ ਸੋਚ ਰਹੀ ਸੋਚ ਰਹੀ ਸੀ ਤੇ ਕਹਿੰਦੇ ਮਹਾਪੁਰਖ ਮੈਨੂੰ ਕਹਿਣ ਲੱਗੇ ਕਹਿਣ ਲੱਗੇ ਦੇਵੀ ਇਹ ਕੋੜੀ ਦੇ ਵਿੱਚ ਵੀ ਜਾਨ ਹੈਗੀ ਆ ਇਹਦੇ ਵਿੱਚ ਵੀ ਪਰਮੇਸ਼ਰ ਵੱਸਦਾ ਹੈ ਇਹਨੂੰ ਤਕਲੀਫ ਦੇਣੀ ਚੰਗੀ ਗੱਲ ਨਹੀਂ ਆ ਤੇ ਚੁੱਪ ਕਰਕੇ ਤੁਰੀ ਆ ਫਿਰ ਬੀਬੀ ਜੀ ਕਹਿਣ ਲੱਗੇ ਕਿ ਮੈਂ ਉਹ ਨਮੀ ਨਮੀ ਮਕਲਾ ਬਚਾਈ ਸੀ ਪਰ ਮੈਂ ਕੀ ਬੋਲਣਾ ਸੀਗਾ ਮੈਂ ਚੁੱਪ ਕਰ ਗਏ ਪਰ ਜਦੋਂ ਮੈਂ ਪਿੱਛੇ ਤੁਰ ਹੀ ਹਨ ਤੁਰਦੇ ਤੁਰਦੇ ਕਹਿੰਦੇ ਮੇਰੇ ਜਿਹੜੇ ਪੈਰ ਸੀਗੇ ਉਹ ਦੁਖਣ ਲੱਗ ਪਏ ਪੈਰ ਜਿਹੜੇ ਜਾਂ ਸੋਜਣ ਲੱਗੇ ਤੇ ਕਹਿੰਦੇ ਫਿਰ ਬਾਬਾ ਜੀ ਨੇ ਜਾਣ ਲਿਆ ਫਿਰ ਕਹਿੰਦੇ ਮਹਾਪੁਰਖਾਂ ਨੇ ਮੈਨੂੰ ਜਿਹੜਾ ਸੀਗਾ ਆਪਣੀ ਘੋੜੀ ਤੇ ਬਿਠਾਇਆ ਤੇ ਪਰ ਆਪ ਘੋੜੀ ਤੇ ਨਹੀਂ ਬਿਠੇ ਆਪ ਲਗਾਮ ਫੜ ਕੇ ਇਸ ਤਰ੍ਹਾਂ ਤੁਰ ਕੇ ਹੀ ਆਈ ਮਕਲਾਵਲਣ ਤੇ ਤੁਰ ਕੇ ਘੋੜੀ ਲੈ ਕੇ ਜਿਹੜੇ ਸੀਗੇ ਉਹ ਆਪਣੇ ਪਿੰਡ ਚਲੇ ਗਏ ਇਸ ਤਰ੍ਹਾਂ ਬਾਬਾ ਜੀ ਜਿਹੜੇ ਸੀਗੇ ਇੱਕ ਵਾਰ ਕੀ ਹੋਇਆ ਕਿ ਜਿਹੜੇ ਵਧੀਆ ਕੱਪੜੇ ਹੁੰਦੇ ਸੀ ਇਹਨਾਂ ਤੋਂ ਬੜਾ ਪਾਣਣ ਤੋਂ ਗਰੇਜ਼ ਕਰਦੇ ਹੁੰਦੇ ਸੀ। ਇੱਕ ਵਾਰੀ ਬਾਬਾ ਜੀ ਜਦ ਆਪਣੇ ਘਰ ਦੇ ਚੁੱਲ੍ਹੇ ਦੇ ਮੂਹਰੇ ਪੀੜੀ ਤੇ ਬੈਠੇ ਸਗੇ ਤੇ ਇਹਨਾਂ ਦੇ ਬੀਬੀ ਜੀ ਮਾਤਾ ਜੀ ਜਿਹੜੇ ਸਗੇ ਉਹ ਪ੍ਰਸ਼ਾਦਾ ਪਾਣੀ ਬਣਾ ਰਹੇ ਸ। ਉਸ ਟਾਈਮ ਬਾਬਾ ਜੀ ਨੇ ਕੀ ਦੇਖਿਆ ਜਿਹੜੀਆਂ ਲੱਕੜਾਂ ਸਗੀਆਂ ਹਨ ਚੁੱਲ੍ਹੇ ਦੇ ਵਿੱਚ ਚੱਲ ਰਹੀਆਂ ਸੀ ਉਹਨਾਂ 'ਚੋਂ ਇੱਕ ਲੱਕੜ ਕੱਢ ਲਈ। ਲੱਕੜ ਕੱਢ ਲਈ ਤੇ ਜਿਹੜੀ ਕਮੀਜ਼ ਬਾਬਾ ਜੀ ਨੇ ਪਾਈ ਸੀ ਉਸ ਕਮੀਜ਼ ਦੀ ਇੱਕ ਵਾਂ ਜਿਹੜੀ ਸੀ ਸੱਜੀ ਸਾੜ ਲਈ। ਜਦ ਸੱਜੀ ਸੜ ਲਈ ਤਾਂ ਮਾਤਾ ਜੀ ਕਹਿਣ ਲੱਗੇ ਕਿ ਮੈਂ ਦੇਖੀ ਇਹ ਮਨਸਾ ਸੋਚਿਆ ਵੀ ਇੱਕ ਹੀ ਕਰਨ ਲੱਗ ਪਏ ਕਮੀਜ਼ ਦੀ ਬਾਹ ਸੜ ਲੱਪੇ ਪਰ ਫਿਰ ਉਹ ਲੱਕੜ ਜਿਹੜੀ ਸੀ ਜਦ ਇੱਕ ਪਾਸਾ ਕਮੀਜ਼ ਦੀ ਬਾਹ ਦਾ ਸੜਿਆ ਉਦੋਂ ਬਾਅਦ ਫਿਰ ਦੂਜੀ ਕਮੀਜ਼ ਦੀ ਬਾਹ ਨੂੰ ਜਿਹੜੀ ਸੀ ਇਹਨੇ ਅਗ ਲਾਤੀ ਤੇ ਦੂਜਾ ਪਾਸਾ ਸੜ ਲਿਆ ਤੇ ਮਾਤਾ ਜੀ ਕਹਿਣ ਲੱਗੇ ਮੈਂ ਹੈਰਾਨ ਮੈਂ ਪੁੱਛਿਆ ਵੀ ਇਸ ਤਰ੍ਹਾਂ ਕਿਉਂ ਕਰਦੇ ਆ ਤੁਸੀਂ ਨਵੀਂ ਕਮੀਜ਼ ਜਿਹੜੀ ਇਹਦੀਆਂ ਦੋਹੀ ਬਾਹਾਂ ਸਾੜ ਦਿੱਤੀਆਂ ਇਸ ਤਰ੍ਹਾਂ ਕਿਉਂ ਕਰਦੇ ਆ ਤੇ ਬਾਬਾ ਜੀ ਕਹਿਣ ਲੱਗੇ ਕਹਿੰਦੇ ਦੇਵੀ ਇਹ ਜਿਹੜੀ ਕਮੀਜ਼ ਆ ਪਹਿਲਾਂ ਪਾਉਣ ਜੋਗੀ ਨਹੀਂ ਸੀ ਹੁਣ ਮੇਰੇ ਪਾਉਣ ਜੋਗੀ ਹੋਈ ਆ ਸੋ ਕਹਿਣ ਤੋਂ ਭਾਵ ਹੈ ਕਿ ਐਸੀ ਵਰਤੀ ਜਿਹੜੀ ਸੀ ਨੀ ਮਹਾਪੁਰਖਾਂ ਦੀ ਸੀ ਬਾਬਾ ਜੀ ਜਿਹੜੇ ਹਨ ਚਮਕ-ਦਮਕ ਦੀਆਂ ਗਲਤ ਚੀਜ਼ਾਂ ਤੋਂ ਇਹ ਆਪਣੇ ਆਪ ਨੂੰ ਬੜਾ ਦੂਰ ਰੱਖਦੇ ਹੁੰਦੇ ਸੀ ਇੱਕ ਵਾਰ ਕੀ ਹੋਇਆ ਕਿ ਮਹਾਪੁਰਖ ਜਦ ਬਸਾਖੀ ਦੇ ਸਮੇਂ ਤੋਂ ਬਾਅਦ ਕਣਕ ਦੀ ਵਢਾਈ ਚੱਲੀ ਸੀ ਤਾਂ ਘਰ ਦੀ ਜੇ ਸਾਰੀ ਕਣਕ ਕੱਢ ਕੇ ਜਦ ਘਰ ਲੈ ਕੇ ਆ ਰਹੇ ਸੀ ਤੇ ਰਸਤੇ ਦੇ ਵਿੱਚ ਜਿਹੜੇ ਹੋਰ ਗਰੀਬ ਗੁਰਬਾ ਸੀਗੇ ਬਾਬਾ ਜੀ ਨੇ ਉਹਨਾਂ ਨੂੰ ਬਾਜ਼ ਮਾਲੇ ਕਹਿੰਦੇ ਭਾਈ ਕਣਕ ਲੈ ਕੇ ਆਇਆ ਜਿੰਨੇ ਕਿਸੇ ਨੇ ਜਰੂਰਤਾ ਕਰ ਲੈ ਜਿਉ ਜਦ ਇੰਨੀ ਗੱਲ ਹੋਈ ਸੀ ਉਹ ਜਿੰਨੇ ਵੀ ਜਿਹੜੇ ਗਰੀਬ ਗੁਰਬਾਂ ਦੇ ਘਰ ਸੀਗੇ ਉਹਨਾਂ ਨੇ ਬਾਬਾ ਜੀ ਦੀ ਕਣਕ ਜਿਹੜੀ ਸੀ ਆਪਣੀ ਮਰਜ਼ੀ ਦੇ ਨਾਲ ਭਰ ਲਈ ਜਦ ਮਰਜ਼ੀ ਦੇ ਨਾਲ ਭਰ ਲਈ ਤੇ ਉਸ ਤੋਂ ਬਾਅਦ ਬਾਬਾ ਜੀ ਜਿਹੜੀ ਰਹਿੰਦੀ ਖੁੰਦੀ ਥੋੜੀ ਜੀ ਕਣਕ ਸੀਗੀ ਉਹ ਉਹ ਇਹ ਬਾੜੇ ਦੀ ਜਿਹੜੀ ਸੀ ਉਹ ਘਰ ਵਾਸਤੇ ਲੈ ਗਿਆ ਜਦ ਕਰਦੇ ਨੇ ਪੁਸ਼-ਅਪ ਵੀ ਤੁਸੀਂ ਇਸ ਤਰ੍ਹਾਂ ਕਣਕ ਜਿਹੜੀ ਸੀ ਉਹ ਸਾਰੀ ਰਾਜ ਵੰਡ ਦਿੱਤੀ ਚੰਗਾ ਨਹੀਂ ਕੀਤਾ ਬਾਬਾ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਮਾਲਕ ਬਿਠਾ ਹੈਗਾ ਦੇਣ ਵਾਲਾ ਧੰਨ ਗੁਰੂ ਨਾਨਕ ਸਾਹਿਬ ਆਪੇ ਜਿਹੜੀ ਆ ਉਹ ਸਾਨੂੰ ਰੋਟੀ ਬਖਸ਼ਣਗੇ ਜਿਤੇ ਗੱਲਾਂ ਬਾਬਾ ਜੀ ਨੇ ਕੀਤੀਆਂ ਫਿਰ ਸਾਰਿਆਂ ਨੂੰ ਜਿਹੜਾ ਸੀ ਇਹ ਮਾਂਜੇ ਪਤਾ ਸਗਾ ਕਿ ਮਾਪੁਰਖਾਂ ਦੀ ਜਿਹੜੀ ਬਿਰਤੀ ਸਾਧ ਬਿਰਤੀ ਹੈਗੀ ਆ ਔਰ ਖਾਸ ਕਰਕੇ ਬੱਬਾ ਜੀ ਦਾ ਆਧਾਰਵਾਦੀ ਸੁਭਾਅ ਇੰਨਾ ਸਗਾ ਕਿ ਕੋਈ ਵੀ ਚੀਜ਼ ਦੇਖਦੇ ਸੀ ਹੈਨਾ ਬਿਨਾਂ ਮੰਗਣ ਤੋਂ ਵੀ ਜਿਹੜੀ ਸੀ ਉਹ ਚੀਜ਼ ਸੰਗਤਾਂ ਦੇ ਵਿੱਚ ਇਸ ਤਰ੍ਹਾਂ ਹੀ ਵੰਡ ਦਿੰਦੇ ਸੀ ਹੁਣ ਮਹਾਪੁਰਖਾਂ ਦੀ ਇਸ ਆਦਾਰ ਵਰਤੀ ਵਰਤੀ ਦੇ ਨਾਲ ਸੰਗਤ ਦੀ ਖਿੱਚ ਜਿਹੜੀ ਸੀ ਕੁਦਰਤੀ ਸੀ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਅਸੀਂ ਮਹਾਪੁਰਖਾਂ ਦੇ ਦਰਸ਼ਨ ਕਰਨ ਆਉਣ ਲੱਗੀਆਂ ਕਿ ਮਹਾਪੁਰਖ ਰਸਨਾ ਤੋਂ ਜੋ ਵੀ ਬਚਨ ਕਰਦੇ ਸੀ ਉਹਨਾਂ ਸੱਤ ਹੋ ਜਾਂਦਾ ਸੀ ਜਦੋਂ ਸੰਗਤਾਂ ਆਉਣ ਲੱਗੀਆਂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਟੈਮਾਂ ਦੇ ਵਿੱਚ ਬਾਬਾ ਜੀ ਨੇ ਸੰਗਤਾਂ ਦੇ ਘਰ ਬੈਠਣ ਵਾਸਤੇ ਹਨ ਇੱਕ ਸ਼ਫਾ ਬਣਾਈ ਸੀ ਸ਼ਫਾ ਇਸ ਤਰ੍ਹਾਂ ਸੀ ਕਿ ਮਹਾਪੁਰਖ ਨੇ ਕਾਹੀ ਵਡਣੀ ਕਾਹੀ ਵੱਟ ਕੇ ਉਹ ਕਾਹੀ ਦੇ ਜਿਹੜੇ ਥਿੱਲੇ ਸੀਗੇ ਬੜੇ ਵਧੀਆ ਢੰਗ ਦੇ ਨਾਲ ਉਹ ਇੱਕ ਪਾਸੇ ਕੱਢ ਕੇ ਉਹਨਾਂ ਨੂੰ ਕੁੱਟ ਕੇ ਬਿਲਕੁਲ ਵਧੀਆ ਬਰੀਕ ਬਣਾ ਕੇ ਉਹਨਾਂ ਦੀ ਇੱਕ ਮੁੰਜ ਜੀ ਬਣਾ ਲੈਣੀ ਮੁੰਜ ਬਣਾ ਕੇ ਫਿਰ ਜਿਵੇਂ ਦਰੀ ਬਣੀ ਦੀ ਆ ਇਸ ਤਰ੍ਹਾਂ ਬਾਬਾ ਜੀ ਨੇ ਜਿਹੜੀ ਸੀ ਉਹ ਸਾਰੀ ਇਕਾਈ ਜਿਹੜੀ ਸੀ ਉਹਦੀ ਇੱਕ ਦਰੀ ਬੁੜਾ ਲੈਣੀ ਤੇ ਸੰਗਤ ਦੇ ਥੱਲੇ ਪਛਾਉਣੀ ਇਹ ਮਹਾਪੁਰਖਾਂ ਦੀ ਸੰਗਤ ਦੇ ਪ੍ਰਤੀ ਇੰਨੀ ਲਗਨ ਇੰਨਾ ਪ੍ਰੇਮ ਤੇ ਇੰਨੀ ਸ਼ਰਧਾ ਹੁੰਦੀ ਸੀ ਕਿਉਂਕਿ ਮਹਾਪੁਰਖ ਚਾਹੁੰਦੇ ਸੀ ਕੋਈ ਵੀ ਪ੍ਰੇਮੀ ਆਵੇ ਕਿਸੇ ਦਾ ਵੀ ਦੁੱਖ ਤਕਲੀਫ ਬਾਬਾ ਜੀ ਦੇਖ ਨਹੀਂ ਸੀ ਸਕਦੇ ਹਾਂ ਅਗਰ ਕੋਈ ਆਉਂਦਾ ਹੁੰਦਾ ਸਗਾ ਤੇ ਉਸ ਦਾ ਦੁੱਖ ਤਕਲੀਬ ਬਾਬਾ ਜੀ ਆਪ ਦੂਰ ਕਰਦੇ ਹੁੰਦੇ ਸੀ ਇਸੇ ਤਰ੍ਹਾਂ ਨਾ ਇੱਕ ਮਹਾਪੁਰਖਾਂ ਦੇ ਮਿੱਤਰ ਸੇਵਕ ਸੀਗੇ ਉਹ ਬਾਬਾ ਜੀ ਨੂੰ ਰੱਬ ਜੀ ਜਿਹੜੇ ਸੀ ਉਹ ਕਹਿੰਦੇ ਹੁੰਦੇ ਸੀ ਇੱਕ ਵਾਰ ਉਹਨਾਂ ਨੇ ਹਨ ਆਪਣੇ ਘਰ ਦੇ ਵਿੱਚ ਖੰਡਪੜ ਸਾਹਿਬ ਰਖਾਇਆ ਜਦ ਖੰਡਪੜ ਸਾਹਿਬ ਰਖਾਇਆ ਉਹਨ ਬਾਬਾ ਜੀ ਅੰਤਰਜਮੇ ਮਨ ਚ ਸੋਚਿਆ ਵੀ ਉੱਥੇ ਜ਼ਰੂਰ ਹਾਜ਼ਰੀ ਭਰਨੀ ਚਾਹੀਦੀ ਹੈ ਪਰ ਜਦ ਮਹਾਪੁਰਖਾਂ ਦੇ ਨਾਲ ਇੱਕ ਪ੍ਰੇਮੀ ਜਦ ਉਸ ਖੰਡਪੜ ਸਾਹਿਬ ਤੇ ਗਏ ਸੀਗੇ ਤੇ ਉੱਥੇ ਕੀ ਦੇਖਿਆ ਕਿ ਜਦੋਂ ਗੱਡੀ ਟਿਕਟ ਤੇ ਜਾਣਾ ਸੀਗਾ ਤੇ ਜੇਬ ਦੇ ਵਿੱਚ ਪੈਸਾ ਕੋਲ ਕੋਈ ਨਹੀਂ ਸੀ ਜਦ ਪੈਸਾ ਕੋਲ ਕੋਈ ਨਹੀਂ ਸੀ ਤੇ ਫਿਰ ਬਾਬਾ ਜੀ ਜਿਹੜੇ ਸਕੇ ਜਾਂ ਟ੍ਰੇਨ 'ਚ ਚੁੱਪ ਕਰਕੇ ਬਚ ਬੈਠ ਗਏ ਉਹ ਜਿਹੜਾ ਪ੍ਰੇਮੀ ਸੇਵਕ ਸਿਕਾ ਦੇ ਮਨ 'ਚ ਆਈ ਵੀ ਅਸੀਂ ਟਿਕਟ ਨਹੀਂ ਲਈ ਤੇ ਬਾਬਾ ਜੀ ਜਿਹੜੇ ਆ ਇਹ ਮੇਰੇ ਨਾਲ ਆ ਕੇ ਬੈਠ ਗਿਆ ਵੀ ਅਗਰ ਗੱਡੀ ਦੇ ਵਿੱਚ ਟ੍ਰੇਨ 'ਚ ਟੀਟੀ ਆਜੋ ਤੇ ਸਾਨੂੰ ਪਕੜੇਗਾ ਤੇ ਸਾਡੀ ਬੜੀ ਬੇਇੱਜ਼ਤੀ ਜੀ ਮਹਿਸੂਸ ਹੋਊਗੀ ਉਹ ਸੋਚ ਹੀ ਰਿਹਾ ਸੀ ਤੇ ਬਾਬਾ ਜੀ ਦੇ ਨਾਲ ਇੱਕ ਪ੍ਰੇਮੀ ਗੱਡੀ 'ਚ ਚੜਿਆ ਜਦੋਂ ਚੜਿਆ ਤੇ ਉਹਨੇ ਦੋ ਟਿਕਟਾਂ ਜਿਹੜੀਆਂ ਸੀ ਬਾਬਾ ਜੀ ਦੇ ਹੱਥ 'ਚ ਰੱਖ ਦਿੱਤੀਆਂ ਜੇ ਰੱਖ ਦਿੱਤੀਆਂ ਤੇ ਉਹ ਫਿਰ ਜਿਹੜੇ ਨਾਲ ਦੇ ਪ੍ਰੇਮੀ ਸੀ ਕਹਿੰਦੇ ਮੈਂ ਹੈਰਾਨ ਸੀਗਾ ਕਿ ਉਹ ਪ੍ਰੇਮੀ ਕੌਣ ਸੀਗਾ ਜਿਹੜਾ ਬਾਬਾ ਜੀ ਨੂੰ ਜਾਣਦਾ ਮੈਨੂੰ ਜਾਣਦਾ ਪਰ ਦੋ ਟਿਕਟਾਂ ਉਹਨੇ ਸਾਨੂੰ ਜਿਹੜੀ ਅਸੀਂ ਡੱਬੇ 'ਚ ਦੇ ਕੇ ਸਾਡੀ ਯਾਤਰਾ ਸਫਲ ਕਰ ਦਿੱਤੀ ਜੇ ਸਫਲ ਕਰ ਦਿੱਤੀ ਕਹਿੰਦੇ ਵੀ ਅਸੀਂ ਹਨ ਮਾਪੁਰਖਾਂ ਦੇ ਨਾਲ ਉਸ ਪ੍ਰੇਮੀ ਦੇ ਘਰ ਗਏ ਜਿਹਦੇ ਘਰ ਖੰਡ ਪਟ ਸਾਫ ਸੀਗਾ ਕਹਿੰਦੇ ਉਹ ਪ੍ਰੇਮੀ ਦੇਖ ਕੇ ਪਿਆਰ ਦੇ ਵਿੱਚ ਐਨਾ ਕਹਿੰਦੇ ਵੀ ਮਦਰ ਹੋ ਗਿਆ ਕਿ ਉਹਨੇ ਉੱਚ-ਉੱਚੀ ਬਾਜਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਕਿ ਮੇਰੇ ਰੱਬ ਜੀ ਆਗੇ ਮੇਰੇ ਰੱਬ ਜੀ ਆਗੇ ਔਰ ਘਰ ਦੇ ਵਿੱਚ ਬੜੀ ਖੁਸ਼ੀ ਹੋਈ ਖੈਰਖੇਂਦੇ ਖੰਡ ਪ੍ਰਸਾਦ ਦਾ ਭੋਗ ਪਿਆ ਉਸ ਤੋਂ ਬਾਅਦ ਕਹਿੰਦੇ ਉਸ ਪ੍ਰੇਮੀ ਨੇ ਬਹੁਤ ਸਾਰੀ ਮਾਇਆ ਬਾਬਾ ਜੀ ਦੇ ਚੱਕਰਾਂ 'ਚ ਪੇਟ ਕਰ ਦਿੱਤੀ ਜਦ ਪੇਟ ਕਰ ਦਿੱਤੀ ਤਾਂ ਕਹਿੰਦੇ ਫਿਰ ਬਾਬਾ ਜੀ ਉਹ ਨਾਲ ਦੇ ਪ੍ਰੇਮੀ ਨੂੰ ਕਹਿਣ ਲੱਗੇ ਕਹਿੰਦੇ ਪੁਰਖਾ ਇਹ ਸਾਰੀ ਮਾਇਆ ਦੇ ਵਿੱਚੋਂ ਸਿਰ 1 ਰੁਪਿਆ ਲੈਣਾ ਹੈਗਾ ਬਾਕੀ ਕੋਈ ਰੁਪਈਆ ਨਹੀਂ ਲੈਣਾ ਕਹਿੰਦੇ ਅਸੀਂ ਮਹਾਂਪੁਰਖਾਂ ਨੂੰ ਪੁੱਛਾ ਬਾਬਾ ਜੀ ਵੀ ਉਹ ਕਹਤੇ ਹਿੰਦਿਆਸ ਕਰਕੇ ਜੀਸ ਪਰਮੇਨਿਆ ਆਪਣਾ ਕਰਾਇਆ ਲਾਇਆ ਹਨ ਬਸ ਉਸ ਨੂੰ ਰੁਪਈਆ ਵਾਪਸ ਕਰਨਾ ਹੈਗਾ ਉਸ ਤੋਂ ਬਾਅਦ ਕਹਿੰਦੇ ਉਹ ਹੀ ਅਖੰਡ ਪਾਠ ਸਾਹਿਬ ਵਾਲੇ ਪ੍ਰੇਮੀ ਨੇ ਕਹਿੰਦੇ ਮਹਾਂਪੁਰਖਾਂ ਨੂੰ ਬਹੁਤ ਸਾਰੇ ਜਿਹੜੇ ਕਹਿੰਦੇ ਲੰਗਰ ਦੇ ਪ੍ਰਸ਼ਾਦੇ ਤੇ ਦਾੜ ਫੁਲਕੇ ਬੰਦੇ ਤੇ ਉਹਨਾਂ ਵਿੱਚ ਪ੍ਰਸ਼ਾਦ ਵੀ ਬਣਿਆ ਕਿੰਨੇ ਜਤ ਪ੍ਰਸ਼ਾਦ ਬਣਿਆ ਤੇ ਬਾਬਾ ਜੀ ਨੇ ਕਿਹਾ ਕਿ ਇੰਨਾ ਸਾਨੂੰ ਲੰਗਰ ਨਹੀਂ ਚਾਹੀਦਾ ਬਸ ਇਸ ਤਰ੍ਹਾਂ ਕਰੋ ਦੋ ਚਾਰ ਪ੍ਰਸ਼ਾਦੇ ਰੱਖ ਕੇ ਤੇ ਵਿੱਚ ਜਿਹੜਾ ਪ੍ਰਸ਼ਾਦ ਉਹ ਰੱਖ ਦਿਓ ਖੈਰ ਕਹਿੰਦੇ ਦੋਨੇ ਰੱਖੇ ਜਿਹੜੇ ਸੀਗੇ ਚਾਰ ਪ੍ਰਸ਼ਾਦੇ ਮਾਹਪੁਰਖਾਂ ਦੇ ਕਹਿਣ ਦੇ ਵਿੱਚ ਵਿੱਚ ਪ੍ਰਸ਼ਾਦ ਪਾ ਕੇ ਰਖੇ। ਬਾਬਾ ਜੀ ਕਹਿੰਦੇ ਉੱਥੋਂ ਪੈਦਲ ਹੀ ਜਿਹੜੇ ਸੀ ਤੁਰ ਪਏ ਫੇਰ ਗੱਡੀ ਨਹੀਂ ਫੜੀ। ਜਦ ਪੈਦਲ ਤੁਰ ਪਏ ਕਹਿੰਦੇ ਰਸਤੇ ਦੇ ਵਿੱਚ ਭੁੱਖ ਲੱਗੀ। ਸੋ ਪ੍ਰੇਮੀ ਕਹਿਣ ਲੱਗਾ ਕਿ ਮੈਨੂੰ ਬਾਪ ਮਾਹਪੁਰਖਾਂ ਨੇ ਕੀ ਕੀਤਾ ਪ੍ਰਸ਼ਾਦੇ ਖੋਲੇ। ਪ੍ਰਸ਼ਾਦੇ ਖੋਲ ਕੇ ਜਿਨ੍ਹਾਂ ਪ੍ਰਸ਼ਾਦਿਆਂ ਤੇ ਪ੍ਰਸ਼ਾਦ ਹੈ ਸਗਾ ਉਹ ਪ੍ਰਸ਼ਾਦੇ ਨਰਮ ਸੀਗੇ ਕਹਿੰਦੇ ਮੈਨੂੰ ਦੇ ਤੇ ਮੈਨੂੰ ਕਹਿਣ ਲੱਗੇ ਲੈ ਭਈ ਤੇ ਇਸ ਤਰ੍ਹਾਂ ਕਰ ਇੱਥੇ ਬੈਠ ਕੇ ਸ਼ਕਲ ਆ ਪਰ ਕਹਿੰਦੇ ਵੀ ਹੁਣ ਮੇਰੇ ਵੱਲ ਨਹੀਂ ਤੈਨ ਦੇਖਣਾ ਹੈਗਾ। ਬਾਕੀ ਕਹਿੰਦੇ ਜਿਹੜੇ ਦੋ ਪ੍ਰਸ਼ਾਦ ਦੇ ਬਾਹਰ ਸੀਗੇ ਜਿਹੜੇ ਹਵਾ ਦੇ ਕਾਰਨ ਕਰਕੇ ਸੁੱਕ ਗਏ ਸੀ ਕਹਿੰਦੇ ਉਹ ਬਾਬਾ ਜੀ ਨੇ ਫੜ ਲਏ ਕਹਿੰਦੇ ਬਾਅਦ ਵਿੱਚ ਮੈਂ ਕੀ ਦੇਖਿਆ ਅੱਖ ਚਰਾ ਕੇ ਕਿ ਮੈਂ ਤਾਂ ਜਿਹੜਾ ਪ੍ਰਸ਼ਾਦ ਇਹਨਾਂ ਪ੍ਰਸ਼ਾਦੇ ਛਕ ਰਿਹਾ ਸੀ ਪਰ ਮਹਾਪੁਰਖਾਂ ਨੇ ਸੁੱਕੇ ਪ੍ਰਸ਼ਾਦੇ ਝੋਨੇ ਦੇ ਖੇਤ ਦੇ ਪਾਣੀ ਵਿੱਚ ਭੇਂ ਭੇਂ ਕੇ ਕਹਿੰਦੇ ਵੀ ਉਹ ਆਪ ਛਕੇ ਇਹ ਕਹਿੰਦੇ ਮਹਾਪੁਰਖਾਂ ਦੀ ਵਰਤ ਸੀਗੀ ਸੋਦਾਸ ਇੰਨੇ ਹੀ ਵਚਨ ਮਹਾਪੁਰਖਾਂ ਦੇ ਆਪ ਸਾਰੀਆਂ ਸੰਤਾਨਾਂ ਨਾਲ ਸਾਂਝਾ ਕਰਦਾ ਹੋਇਆ ਖੇਮਾ ਦਾ ਜਾਜਕਵਾ ਜੀ ਹੁਣ ਬਿਆੰਤ ਭੁੱਲਣ ਚੁੱਕਾਂ ਦੀ ਖੇਮਾ ਬਖਸ਼ਣੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ